ਹਾਲ ਹੀ ਦੇ ਵਿੱਚ ਮੱਚ ਅਵੇਟਿਡ ਫਿਲਮ ਜੋੜੀ ਦਾ ਟ੍ਰੇਲਰ ਆ ਚੁੱਕਿਆ ਹੈ ਸਾਹਮਣੇ। ਸੋ ਇਸ ਟ੍ਰੇਲਰ ਬਾਰੇ ਗੱਲਬਾਤ ਕਰਾਂਗੇ। ਵੈਲ ਇਸ ਟ੍ਰੇਲਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇੱਕ ਸਿੰਗਰ ਜੋੜੀ ਦੀ ਕਹਾਣੀ ਜਿਹੜੀ ਹੈ ਦਿਖਾਈ ਗਈ ਇਸ ਫਿਲਮ ਦੇ ਵਿੱਚ। ਕੀ ਉਹਨਾਂ ਦੇ ਸਟਰਗਲਸ ਰਹਿੰਦੇ ਨੇ ਕਰੀਅਰ ਵਿੱਚ, ਕੀ ਅਪਸ ਐਂਡ ਡਾਊਨਸ ਆਉਂਦੇ ਨੇ, ਉਹ ਚੀਜ਼ ਨੂੰ ਦਰਸਾ ਰਹੀ ਹੈ ਇੱਕ ਕਹਾਣੀ। ਤੇ ਉੱਥੇ ਹੀ ਫਿਲਮ ਦੇ ਵਿੱਚ ਜਿੱਥੇ ਸਾਨੂੰ ਰੋਮਾਂਸ ਦੇਖਣ ਨੂੰ ਮਿਲੇਗਾ, ਕਿਤੇ ਨਾ ਕਿਤੇ ਇਮੋਸ਼ਨਲ ਸੀਨਸ ਵੀ ਨੇ ਤੇ ਨਾਲ ਦੀ ਨਾਲ ਕਾਮੇਡੀ ਵੀ ਹੋਣ ਵਾਲੀ ਹੈ। ਦਿਲਜੀਤ ਦੋਸਾਂਝ ਦੀ ਪਰਫੈਕਟ ਡਾਇਲੋਗ ਡਿਲੀਵਰੀ ਤੇ ਐਕਟਿੰਗ ਟ੍ਰੇਲਰ ਨੂੰ ਹੋਰ ਵੀ ਜ਼ਿਆਦਾ ਇੰਟਰਸਟਿੰਗ ਬਣਾਉਂਦੀ ਹੈ ਤੇ ਦਰਸ਼ਕਾਂ ਦੇ ਵਿੱਚ ਹੋਰ ਵੀ ਜ਼ਿਆਦਾ ਐਕਸਾਈਟਮੈਂਟ ਹੋ ਚੁੱਕੀ ਹੈ ਇਸ ਫਿਲਮ ਨੂੰ ਵੇਖਣ ਦੀ। ਨਿਮਰਤ ਖਹਿਰਾ ਨੇ ਦਿਲਜੀਤ ਦੋਸਾਂਝ ਦੇ ਆਪੋਜ਼ਿਟ ਬਹੁਤ ਹੀ ਸੋਹਣਾ ਕੰਮ ਕੀਤਾ ਇਹ ਟ੍ਰੇਲਰ ਨੂੰ ਵੇਖ ਕੇ ਹੀ ਪਤਾ ਲੱਗ ਚੁੱਕਿਆ, ਕਿਉਂਕਿ ਨਿਮਰਤ ਖਹਿਰਾ ਨੂੰ ਅਕਸਰ ਹੀ ਅਸੀਂ ਗਾਣਿਆਂ ਵਿੱਚ ਤਾਂ ਵੇਖਦੇ ਹੀ ਆਏ ਹਾਂ। ਉੱਥੇ ਹੀ ਸੌਂਕਣ ਸੌਂਕਣੇ ਦੇ ਵਿੱਚ ਆਪਣੀ ਐਕਟਿੰਗ ਦੀ ਵੀ ਬਾਕਮਾਲ ਪਰਫਾਰਮੈਂਸ ਦਿਖਾ ਕੇ ਉਹਨਾਂ ਨੇ ਸਭ ਦਾ ਦਿਲ ਜਿੱਤ ਲਿਆ ਸੀ ਤੇ ਇੱਕ ਵਾਰ ਫਿਰ ਤੋਂ ਜੋੜੀ ਫਿਲਮ ਦੇ ਵਿੱਚ ਨਿਮਰਤ ਖਹਿਰਾ ਸਾਨੂੰ ਆਪਣੀ ਐਕਟਿੰਗ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆਉਣਗੇ। ਜੋੜੀ ਫਿਲਮ ਦੇ ਵਿੱਚ ਸਾਨੂੰ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਜੋੜੀ ਨਜ਼ਰ ਆਵੇਗੀ। ਵੈਲ ਇਹ ਜੋੜੀ ਪਹਿਲੀ ਵਾਰੀ ਔਨ ਸਕਰੀਨ ਨਜ਼ਰ ਆਉਣ ਵਾਲੀ ਹੈ। ਇੰਨਾ ਹੀ ਨਹੀਂ, ਬੋਨਸ ਦੀ ਗੱਲ ਇਹ ਵੀ ਹੈ ਕਿ ਸਾਨੂੰ ਇਹਨਾਂ ਦੋਹਾਂ ਦੇ ਇਕੱਠਿਆਂ ਗਾਣੇ ਵੀ ਸੁਣਨ ਨੂੰ ਤੇ ਵੇਖਣ ਨੂੰ ਮਿਲਣ ਵਾਲੇ ਨੇ ਇਸ ਫਿਲਮ ਦੇ ਵਿੱਚ। ਫਿਲਮ ਦੇ ਸਾਰੇ ਐਕਟਰ ਕਾਫੀ ਚੰਗੇ ਨੇ ਤੇ ਕਾਫੀ ਸੋਹਣੀ ਸਟਾਰ ਕਾਸਟ ਲਈ ਗਈ ਹੈ। ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਸਾਨੂੰ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਜੋੜੀ ਤੋਂ ਇਲਾਵਾ ਹਰਸਿਮਰਨ, ਦ੍ਰਿਸ਼ਟੀ ਗਰੇਵਾਲ, ਹਰਦੀਪ ਗਿੱਲ, ਰਵਿੰਦਰ ਮੰਡ ਤੇ ਮਿੰਟੂ ਕਾਪਾ ਵਰਗੇ ਕਈ ਸਾਰੇ ਮਜੇ ਹੋਏ ਕਲਾਕਾਰ ਨਜ਼ਰ ਆਉਣ ਵਾਲੇ ਨੇ ਜਿਨ੍ਹਾਂ ਨੂੰ ਅਸੀਂ ਔਨ ਸਕਰੀਨ ਜੋੜੀ ਫਿਲਮ ਦੇ ਵਿੱਚ ਵੇਖਾਂਗੇ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਅੰਬਰਦੀਪ ਸਿੰਘ ਨੇ, ਜੋ ਕਿ ਆਲਰੇਡੀ ਲੌਂਗ ਲਾਚੀ ਤੇ ਅੰਗਰੇਜ਼ ਵਰਗੀਆਂ ਸੁਪਰ ਹਿੱਟ ਬਲੌਕਬਸਟਰ ਫਿਲਮਾਂ ਬਣਾ ਚੁੱਕੇ ਨੇ। ਇਸ ਤੋਂ ਇਲਾਵਾ ਦੱਸ ਦਈਏ ਕਿ ਫਿਲਮ ਦੀ ਕਹਾਣੀ ਨੂੰ ਲਿਖਿਆ ਵੀ ਅੰਬਰਦੀਪ ਸਿੰਘ ਨੇ ਹੀ ਹੈ। ਸੋ ਅਸੀਂ ਉਮੀਦ ਕਰ ਸਕਦੇ ਹਾਂ ਕਿ ਦਰਸ਼ਕ ਇਸ ਕਹਾਣੀ ਨੂੰ ਵੀ ਬਹੁਤ ਹੀ ਜ਼ਿਆਦਾ ਪਿਆਰ ਦੇਣਗੇ। ਕਹਾਣੀ ਦਾ ਅੰਦਾਜ਼ਾ ਸਾਨੂੰ ਟ੍ਰੇਲਰ ਤੋਂ ਲੱਗ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ। ਦੱਸ ਦਈਏ ਕਿ ਇਹ ਟ੍ਰੇਲਰ ਹਾਲ ਹੀ ਦੇ ਵਿੱਚ ਰਿਦਮ ਬੁਆਏਜ਼ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ ਤੇ 3 ਘੰਟੇ ਦੇ ਵਿੱਚ ਹੀ ਇਸ ਟ੍ਰੇਲਰ ਨੂੰ 500,000 ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਨੇ। ਸੋ ਉਮੀਦ ਕਰ ਰਹੇ ਹਾਂ ਕਿ ਸਿਨੇਮਾ ਘਰਾਂ ਦੇ ਵਿੱਚ ਵੀ ਇਹੋ ਜਿਹਾ ਹੀ ਰਿਸਪੌਂਸ ਇਸ ਫਿਲਮ ਨੂੰ ਮਿਲਣ ਵਾਲਾ ਹੈ। ਫਿਲਮ ਦੇ ਪ੍ਰੋਡਿਊਸਰਸ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਥਿੰਡ ਤੇ ਕਾਰਜ ਗਿੱਲ ਨੇ ਮਿਲ ਕੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ, ਯਾਨੀ ਕਿ ਇਸ ਫਿਲਮ ਨੂੰ ਪ੍ਰੈਜੈਂਟ ਕਰ ਰਹੇ ਨੇ ਥਿੰਡ ਮੋਸ਼ਨ ਫਿਲਮਸ ਤੇ ਰਿਦਮ ਬੁਆਏਜ਼ ਮਿਲ ਕੇ। ਇਹਨਾਂ ਬੈਨਰਸ ਥੱਲੇ ਫਿਲਮ ਰਿਲੀਜ਼ ਹੋਣ ਵਾਲੀ ਹੈ। ਆਖਿਰ ਨੂੰ ਰਿਲੀਜ਼ ਡੇਟ ਦੀ ਗੱਲ ਕਰਦੇ ਹਾਂ, ਇਸ ਫਿਲਮ ਨੂੰ ਅਸੀਂ 5 ਮਈ 2023 ਯਾਨੀ ਕਿ ਕੁਝ ਹੀ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਸਿਨੇਮਾ ਘਰਾਂ ਦੇ ਵਿੱਚ ਵੇਖਾਂਗੇ। ਸੋ ਦਰਸ਼ਕਾਂ ਦੇ ਵਿੱਚ ਐਕਸਾਈਟਮੈਂਟ ਵੱਧ ਚੁੱਕੀ ਹੈ ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ। ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ ਤੇ ਵੀ ਇਸ ਟ੍ਰੇਲਰ ਨੂੰ ਸਾਂਝਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਦੇ ਲਗਾਤਾਰ ਕਮੈਂਟਸ ਆ ਰਹੇ ਨੇ। ਸੋਸ਼ਲ ਮੀਡੀਆ ਤੇ ਵੀ ਟ੍ਰੇਲਰ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਤੇ ਉੱਥੇ ਹੀ ਟ੍ਰੇਲਰ ਦੇ ਡਾਇਲੌਗਸ ਵੀ ਕਾਫੀ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ। ਸੋ ਹੁਣ ਜੋੜੀ ਫਿਲਮ ਨੂੰ ਵੇਖਣ ਦੀ ਐਕਸਾਈਟਮੈਂਟ ਹੋਰ ਵੀ ਜ਼ਿਆਦਾ ਵੱਧ ਚੁੱਕੀ ਹੈ। ਤੁਹਾਡਾ ਕੀ ਕਹਿਣਾ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਕਿ ਤੁਸੀਂ ਫਿਲਮ ਨੂੰ ਵੇਖਣ ਲਈ ਕਿੰਨੇ ਐਕਸਾਈਟਿਡ ਹੋ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਜਿਵੇਂ ਹੀ ਜੋੜੀ ਫਿਲਮ ਨਾਲ ਜੁੜੀ ਕੋਈ ਹੋਰ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਦੇਸੀ ਚੈਨਲ ਦੇ ਜ਼ਰੀਏ। ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓਜ਼ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।